ਮੈਨੂੰ ਉਹ ਵੀ ਤਾਂ ਨਹੀਂ ਯਾਦ ਹੈ ਭਗਵੰਤ ਦੀ ਸ਼ਾਦੀ ਸੀ। ਜਿਵੇਂ ਕਹਿੰਦੇ ਨੇ ਨਾ ਮਹਾਂਪੁਰਖਾਂ ਦੀਆਂ ਬਰਾਤਾਂ ਦੇ ਵਿੱਚ ਸੰਤ ਮਹਾਤਮਾ ਹੁੰਦੇ ਆ, ਇਹਦੀ ਅੱਧੀ ਬਰਾਤ ਤਾਂ ਕਲਾਕਾਰਾਂ ਦੀ ਸੀ। ਉਹਦੇ 'ਚ ਇਕੱਲੇ ਭਾਰਤੀ ਕਲਾਕਾਰ ਨਹੀਂ ਸੀ, ਪਾਕਿਸਤਾਨ ਤੋਂ ਸ਼ੌਕਤ ਅਲੀ ਸਾਹਿਬ ਸੀ, ਪਰਵੇਜ਼ ਮਹਿੰਦੀ ਸੀ, ਉਦੋਂ ਪਾਰਲੀਮੈਂਟ ਸੀ। ਅਤੇ ਇੱਕ ਦਿਨ ਰਾਤ ਨੂੰ ਮੈਨੂੰ ਫੋਨ ਲੱਗ ਗਿਆ 12:30 ਵਜੇ। ਉਹ ਮੈਨੂੰ ਜਦੋਂ ਛੇੜਨਾ ਹੁੰਦਾ ਨਾ ਅਤੇ ਮੈਨੂੰ ਮਨ ਹੁਣਾਂ ਨੇ ਫੋਨ ਕਰ, ਹਾਂ ਜੇ ਛੇੜਦਾ ਹੁੰਦਾ ਤਾਂ ਮੈਨੂੰ ਕਦੇ ਕਹੇਗਾ ਕਦੇ ਓਏ ਬੁੜਿਆ ਓ ਬਾਪੂ ਓਏ ਬਾਪੂ ਸਿਆਂ, ਉਹ ਛੇੜਦਾ ਮੈਨੂੰ, ਮੈਨੂੰ ਚੰਗਾ ਲੱਗਦਾ। ਮੈਨੂੰ ਕਹਿੰਦਾ ਪੋਲੀਟੀਸ਼ੀਅਨ ਵੀ ਤੁਹਾਡੇ ਨਾਲ ਵਾਹ ਪੈਂਦਾ ਰਿਹਾ, MP ਸੀਗੇ ਹੁਣ CM ਬਣ ਗਿਆ, ਸੂਬੇ ਦੇ ਵੱਡੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਦੇ ਸਿਰ 'ਤੇ, ਕਿਵੇਂ ਦੇਖਦੇ ਹੋ ਤੁਸੀਂ ਹੁਣ ਤੱਕ ਦਾ ਕਾਰਜਕਾਲ ਕਿਵੇਂ ਦੇਖਦੇ ਹੋ ਐਜ ਏ CM? ਹੁਣ ਕਈ ਲੋਕ ਇਸ ਗੱਲ ਦਾ ਵੀ ਚਰਚਾ ਕਰਦੇ ਨੇ ਕਿ ਭਗਵੰਤ ਮਾਨ ਕੋਲ ਵਿਜ਼ਨ ਨਹੀਂ ਹੈ, ਅਤੇ ਜਿਨ੍ਹਾਂ ਕੋਲ ਵਿਜ਼ਨ ਸੀ ਉਹਨਾਂ ਕੋਲ ਜਿਹੜੇ 75 ਲੱਖ ਛਿੱਤਰ ਖਾਧੇ ਨੇ ਭੁੱਲ ਗਏ ਨੇ? ਉਹ ਕੋਈ ਹਾਰਵਰਡ 'ਚੋਂ ਪੜ੍ਹ ਕੇ ਤਾਂ ਨਹੀਂ ਸੀ ਆਏ? ਸ਼ੁਕਰ ਹੈ ਖੁਦਾ ਦਾ ਕਿ ਇਹ ਸੂਬੇ ਦਾ ਮੁੱਖ ਮੰਤਰੀ ਕਿਸੇ ਵਕਤ ਸ਼ਾਇਰ ਹੁੰਦਾ ਸੀ, ਗੁਰਮੁਖ ਸਿੰਘ ਮੁਸਾਫਰ, ਅਤੇ ਅੱਜ ਸ਼ਾਇਰੀ ਦੀ ਕਦਰਦਾਨੀ ਕਰਨ ਵਾਲਾ ਵੀਰ ਹੈ। ਉਹਦੇ ਵਿੱਚ ਇਹਨਾਂ ਦੇ ਅੰਦਰ ਵੀ ਰਹਿੰਦ ਖੂੰਹਦ ਹੈਗੀ ਹੈ ਸੱਤਾ ਮਾਨਣ ਦੀ। ਜੇ ਮਤ ਸੋਚੀਏ ਕਿ 92 ਦੇ 92 ਜਿਹੜੇ ਨੇ ਉਹ ਡਰਾਈ ਕਲੀਨ ਕਰਾ ਕੇ ਲਿਆਉਂਦੇ ਅਤੇ ਹੈਂਗਰ 'ਤੇ ਪਾਏ ਹੋਏ ਨੇ, ਜਿਵੇਂ ਵਰਤਣੇ ਚੌਂਕ ਕੱਢ ਲੰਘ ਪਾ ਲਾਂਗੇ ਨਾ, ਬਹੁਤ ਸਾਰੇ ਜਿਨ੍ਹਾਂ ਦੇ ਪੇਕਿਆਂ ਦਾ ਰਿਸ਼ਤਾ ਪੁਰਾਣੀਆਂ ਪਾਰਟੀਆਂ 'ਚ ਹੈਗਾ, ਉਹਨਾਂ ਦਾ ਉਹਦਾ ਅਸਰ ਰਹਿਣਾ ਹੀ ਰਹਿਣਾ। ਬਹੁਤ ਥੋੜ੍ਹੇ ਲੋਕਾਂ ਨੂੰ ਪਤਾ ਕਿ ਭਗਵੰਤ ਇਕੱਲਾ ਸਟਾਇਰਿਸਟ ਨਹੀਂ ਹੈ, ਬਹੁਤ ਕਮਾਲ ਕਿਸਮ ਦਾ ਪੋਇਟ ਹੈ। ਇਹਨਾਂ ਦੋਹਾਂ ਦੀ ਸ਼ਰਤ ਇਹ ਸੀ ਭਗਵੰਤ ਦੀ ਹਰਭਜਨ ਦੀ ਕਿ ਅਸੀਂ ਸਟੇਜ ਦੇ ਸਾਹਮਣੇ ਕੁਰਸੀਆਂ 'ਤੇ ਨਹੀਂ ਬਹਿਣਾ, ਅਸੀਂ ਥੱਲੇ ਜ਼ਮੀਨ 'ਤੇ ਬੈਠ ਕੇ ਘਾਹ 'ਤੇ ਬੈਠ ਕੇ ਸੁਣਨਾ। ਦੋਹਾਂ ਨੇ ਘਾਹ 'ਤੇ ਬੈਠ ਕੇ ਸੁਣਿਆ ਔਰ ਬਾਅਦ 'ਚ ਦੋਹਾਂ ਨੇ 1-1 ਲੱਖ ਰੁਪਈਆ ਆਪਣੀ ਜੇਬ 'ਚੋਂ ਥੈਲੀ 'ਚ ਪਾ ਕੇ ਸ਼ੌਕਤ ਅਲੀ ਸਾਹਿਬ ਦੇ ਚਰਨਾਂ 'ਚ ਰੱਖਿਆ। ਅਸੈਂਬਲੀ 'ਚੋਂ ਮੈਨੂੰ ਮੇਰਾ ਪੁੱਤਰ ਹੈ ਉੱਥੇ ਨਵਦੀਪ ਸਿੰਘ ਗਿੱਲ, ਉਸਨੇ ਮੈਨੂੰ ਫੋਨ ਕੀਤਾ ਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਸ਼ੇਰ ਨਾਲ ਸਪੀਚ ਖਤਮ ਕੀਤੀ ਹੈ। ਮੈਨੂੰ ਚੰਗਾ ਵੀ ਲੱਗਿਆ, ਅੰਦਰ ਅੰਦਰ ਖੁਸ਼ੀ ਤਾਂ ਹੁੰਦੀ ਹੈ ਨਾ, ਆਖਿਰ ਸਰਕਾਰ ਹੈ ਯਾਰ, ਸਰਕਾਰ ਦਾ ਮੁੱਖ ਮੰਤਰੀ ਹੈ, 92 ਵੀਰਾਂ ਦਾ ਉਹ ਨੁਮਾਇੰਦਾ, ਭੈਣਾਂ ਦਾ ਨੁਮਾਇੰਦਾ, ਉਹ ਅਸੈਂਬਲੀ 'ਚ ਸਰਦਾਰੀ ਹੈ, ਅਤੇ ਜਦੋਂ ਉਹ ਸ਼ਬਦ ਨੂੰ ਉਚਾਰਦਾ ਤਾਂ ਉਹਦਾ ਮੀਨਿੰਗ ਹੈ ਕੋਈ। ਕਈ ਦੋਸਤਾਂ ਨੂੰ ਲੱਗਦਾ ਹੋਏਗਾ ਕਿ ਸਿਰਫ ਸ਼ੇਰ ਹੈ, ਸ਼ੇਰ ਨਹੀਂ ਹੈਗਾ, ਇੱਕ ਕਮਿਟਮੈਂਟ ਹੈ। ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰੀ ਜਾਂਦੇ ਹਾਂ, ਬਸ਼ਰਮਾ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਵਾਰ ਇਸ ਗਜ਼ਲ ਨੂੰ ਗੁਣਗੁਣਾਇਆ, ਤੁਸੀਂ ਸੈਸ਼ਨ ਦੇ ਦੌਰਾਨ ਵੀ ਸੁਣਿਆ, ਇੰਟਰਵਿਊਜ਼ ਦੌਰਾਨ ਵੀ ਸੁਣਿਆ, ਔਰ ਲੋਕ ਸਭਾ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸੰਸਦ ਸੀ ਉਦੋਂ ਲਗਾਤਾਰ ਇਹ ਗਜ਼ਲ ਗੁਣਗੁਣਾਉਂਦੇ ਰਹੇ, ਔਰ ਇਹ ਉਹਨਾਂ ਜਦੋਂ ਆਵਾਜ਼ ਬੁਲੰਦ ਕਰਦੇ ਰਹੇ ਉਦੋਂ ਖਾਸ ਤੌਰ 'ਤੇ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਰਹੇ, ਔਰ ਇਲੈਕਸ਼ਨ ਦੌਰਾਨ ਵੀ ਬਹੁਤ ਵਾਰ ਉਹਨਾਂ ਨੇ ਸ਼ਬਦ ਕਹੇ ਨੇ, ਔਰ ਇਹ ਸ਼ਬਦ ਨੇ ਸਰਦਾਰ ਗੁਰਭਜਨ ਸਿੰਘ ਗਿੱਲ ਹੋਣਾਂ ਦੇ ਨਾਮੀ ਲੇਖਕ ਨੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਅੱਜ ਇਹਨਾਂ ਨੇ ਵਧਾਈ ਵੀ ਦਿੱਤੀ ਹੈ, ਮੁਲਾਕਾਤ ਵੀ ਕੀਤੀ ਹੈ CM ਭਗਵੰਤ ਮਾਨ ਉਹਨਾਂ ਨਾਲ। ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ TV। ਬਹੁਤ ਚੰਗਾ ਲੱਗਿਆ ਵਿਕਰਮ, ਤੁਹਾਡੇ ਰਾਹੀਂ ਪਹਿਲੀ ਮੁਬਾਰਕ ਤਾਂ ਯਾਦਵਿੰਦਰ ਨੂੰ ਦਿੰਦਾ ਕਿ ਉਹਦੇ ਚੈਨਲ 'ਤੇ ਮੈਂ ਗੱਲ ਕਰ ਰਿਹਾ ਅੱਜ ਪਹਿਲੀ ਵਾਰ। ਦੂਸਰੀ ਵਧਾਈ ਇਸ ਗੱਲ ਦੀ ਕਿ ਮੇਰੇ ਬਹੁਤ ਪਿਆਰੇ ਨਿੱਕੇ ਵੀਰ ਕਹਿ ਲਵਾਂ, ਪੁੱਤਰ ਕਹਿ ਲਵਾਂ, ਕੀ ਆਖਾਂ, ਮੇਰਾ ਪਸੰਦੀਦਾ ਆਰਟਿਸਟ ਕਹਿ ਲਵਾਂ, ਇੱਕ ਹਿੰਮਤੀ ਯੋਧਾ ਕਹਿ ਲਵਾਂ, ਸੂਰਬੀਰ ਕਹਿ ਲਵਾਂ, ਭਗਵੰਤ ਨੂੰ ਕੀ ਆਖਾਂ, ਮੈਨੂੰ ਸਮਝ ਨਹੀਂ ਆ ਰਹੀ। ਅੱਜ ਉਸਦੇ ਬੁਲਾਵੇ 'ਤੇ ਮੈਨੂੰ ਚੰਡੀਗੜ੍ਹ ਆਉਣ ਦਾ ਮੌਕਾ ਮਿਲਿਆ, ਕਿਉਂਕਿ ਅੱਜ ਕੈਬਨਿਟ ਦੀ ਐਕਸਪੈਂਸ਼ਨ ਕਰਕੇ ਉਸਦਾ ਜੀ ਕਰਦਾ ਸੀ ਕਿ ਮੈਂ ਹੋਵਾਂ, ਅਤੇ ਮੈਂ ਆਮ ਤੌਰ 'ਤੇ ਤਾੜੀਆਂ ਜਿੱਥੇ ਇਕੱਲੀਆਂ ਮਾਰਨੀ ਹੁਣ ਜਾਂਦਾ ਨਹੀਂ ਹੁੰਦਾ, ਪਰ ਜਿੰਨੇ ਲਾਡ ਨਾਲ ਜਿੰਨੇ ਪਿਆਰ ਨਾਲ ਉਸਨੇ, ਕੁਲਦੀਪ ਸਿੰਘ ਧਾਲੀਵਾਲ ਨੇ ਮੈਨੂੰ ਇਹ ਹੁਕਮ ਲਾਇਆ, ਮੈਂ ਅੱਜ ਸੱਚ ਜਾਣੇ ਮੇਰਾ ਹੁਣ ਪਰਤਣ ਨੂੰ ਜੀ ਨਹੀਂ ਕਰਦਾ। ਤੁਸੀਂ ਗੱਲ ਕੀਤੀ ਗਜ਼ਲ ਦੇ ਸ਼ੇਰ ਦੀ, ਅਤੇ ਕੱਲ੍ਹ ਹੀ ਮੈਨੂੰ ਛੇੜ ਰਹੇ ਸੀ ਦੋਵੇਂ ਜਣੇ, ਕੁਲਦੀਪ ਸਿੰਘ ਧਾਲੀਵਾਲ ਔਰ ਸਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਕਹਿੰਦੇ ਵੀ ਇਹ ਹੁਣ ਮੁਸ਼ਤਰਕਾ ਖਾਤੇ ਦਾ ਸ਼ੇਰ ਹੈ, ਹੁਣ ਤੇਰਾ ਨਹੀਂ ਹੈਗਾ। ਅਤੇ ਮੈਂ ਅੱਜ ਉਹ ਚੇਚਾ ਉਹਨਾਂ ਵਾਸਤੇ ਆਪਣੀ ਕਿਤਾਬ ਮੋਰ ਪੰਖ ਜਿਹੜੀ ਦੋਸਤਾਂ ਦੱਸ ਛਪੀ ਸੀ ਉਸ 'ਚ ਪਹਿਲੀ ਗਜ਼ਲ ਹੈ ਮੇਰੀ, ਉਹ ਲੈ ਕੇ ਆਇਆ ਸਾਂ। ਮਕਸਦ ਇਹੀ ਸੀ ਕਿ ਸ਼ੁਕਰ ਹੈ ਖੁਦਾ ਦਾ ਕਿ ਇਹ ਸੂਬੇ ਦਾ ਮੁੱਖ ਮੰਤਰੀ ਕਿਸੇ ਵਕਤ ਸ਼ਾਇਰ ਹੁੰਦਾ ਸੀ, ਗੁਰਮੁਖ ਸਿੰਘ ਮੁਸਾਫਰ, ਅਤੇ ਅੱਜ ਸ਼ਾਇਰੀ ਦੀ ਕਦਰਦਾਨੀ ਕਰਨ ਵਾਲਾ ਵੀਰ ਹੈ।
जिस दिन बजट सैशन मुक्या उस दिन उसने चार शायरां नूं पेश कीता। एक तो कुलदीप सिंह धालीवाल दे पिंडों जिला टब्बर उजड़ के पाकिस्तान गया, बाबा नजमी का परिवार, उन्हां दा शेर सुनाया कि उगण वाले उग पैंदे नसीना चीर के पत्थरां दा। दूसरा शेर उन्होंने सुरजीत पात्र जी का सुनाया कि मैं पाल के लिया कलमां तो फुल्लां जोगी जमीन रखी। तो तीसरा शेर उन्होंने सुनाया बूटा सिंह चौहान बरनाले वालियां दा, जिस विच उन्होंने कहा कि चश्मा मुथाज नहीं हुंदा लाउण वाले दा खूह वांगू, खूह दा मुथाज हुंदा चश्मा नहीं मुथाज हुंदा। तो जदों स्पीच खत्म की तो असैंबली चों मैनूं मेरा पुत्र उत्थे नवदीप सिंह गिल उसने मैनूं फोन किया कि अज मुख्यमंत्री साहब ने तुहाडे शेर नाल स्पीच खत्म की है। तो हौली हौली 12-15 दोस्तों ने मैनूं क्लिपिंग भी भेज दी। तो मैनूं वो तो हैरानी नहीं हुई क्योंकि पार्लीमेंट भी 3-4 बार इस शेर नूं दोहरा चुके सी और इलैक्शनियरिंग दे विच भी दोहराउंदे ने और इसे पहरा भी देंदे आ। कई दोस्तों लगता होएगा कि सिर्फ शेर है, शेर नहीं है, एक कमिटमेंट है, एक कि अपनी जाची वो तो वड्डे घर जाता है, विच समुंदर जाके दरिया मर जाता है, गर्दन सीधी रखण दा मुल तार रहे हैं, बेशर्मा दा नीवी पाके सर जाता है। मैनूं चंगा भी लग्या, अंदर अंदर खुशी तो हुंदी है ना, आखिर सरकार है यार, सरकार दा मुख्यमंत्री है, 92 वीरां दा नुमाइंदा, भैणां दा नुमाइंदा है, वो असैंबली च सरदारी है। तो जो वो शब्द नूं उचारदा तां उहदा मीनिंग है, कोई ये कोई सधारण गल तां है नहीं। और मैनूं उह दिन याद ने जदों कदे डॉक्टर जगतार दा, कदे संत राम उदासी दा, ते मैनूं भगवंत होरां दी उह गल पब्लिक पहली बार दस रहा मैं, उदों पार्लीमेंट सी। तो एक दिन रात नूं मैनूं फोन आ गया 12:30 बजे। वो मैनू जो छेड़ना हों ना तो मैं मन हूँ फोन करे, हाँ जो छेड़ना हों तो मैनू कदे कहेगा कदे ओ बुड़े आओ बापू, ओ बापू सियाँ छेड़दा, मैनू चंगा लगता। मैनू कहिंदा बापू पार्लीमेंट के किन्ने मैंबर ने लोग सभा के, मैं 542। ना 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 बापू खा गया ना धोखा। मैं भगवंत किन्ने ने फिर दस, तू दस दे। कहिंदा ये वधदे घटदे रहिंदे आ। कहिंदा अज पार्लीमेंट दे विच 545 मैंबर से। मैं कहो किवें? कहिंदा अज मैं नाल संत राम उदासी नूं भी लै गया सी, अज मैं नाल बाबे नजमी नूं भी लै गया सी, ते बुढ़िया तैनू भी लै गया सी। अज मैं अपनी स्पीच 3 पोइट्स नूं रैफर किया, उन्हां दी गल मैं अपने मूहों कह के आया। हो गई ना गल, हो गए ना 545। मैं कहा हो गए। कहने का मतलब भी जिहड़े बंदे कोल इन्नी बारीकी दे विच गल आखण दी लियाकत वास्ते शब्दों का साथ सारा, लिटरेचर पढ़ता है और खूबसूरत शायर है साडा, तो शायद बहुत थोड़े लोगों को पता कि भगवंत कल्ला स्टायरिस्ट नहीं है, बहुत कमाल किस्म का पोइट है। और मैं वो भी दिन याद है जदों मैं शायद उदों गया हुआ सी, कितने शहर च नहीं सी, मैं लुधियाने च नहीं सी, कितने होर सी, तो मैनूं फोन आउंदा अचानक, कहते मैं 550वें गुरु नानक पातशाह के प्रकाश पुरब से एक गीत तैयार कर रहा, तो मैं 2 सत्र मूढ़लियाँ चाहिए जिहड़ियां मैं टेक के रूप में पहला बोल के सुना सकां, मैं बाद च गावांगा उसनों। मैं फिर 2 सत्र जिहड़ियां लिखियां, मैं मुकम्मल गीत बाद च लिखिया, मैं लिखिया कि दम दम दे गेड़े दर्श करां, साहां विच आउणा जाणा, मेरे मन मस्तक विच वसदा है, मैथों दूर नहीं ननकाणा। इस टेक ते उन्होंने गीत फिर पूरे का पूरा आप लिख के गाया। सो कहने का मतलब भी भगवंत कोल जिहड़ी एक खास शब्द नूं निचोड़ के ते उसका जिस्ट पेश करन दी लियाकत है, वह विरले सियासतदानां नहीं, विरले बंदियां कोल, विरलियां कोल आ। साडी सोसाइटी च बहुत सारे लोग ने खलारा पा लेंदे ने, वो गल निक्की जी कहनी हुंदी है तो उहदा पसार फलार इन्ना कर देंदे ने कि बंदे लभणी पैंदी विचों गल है की है, पर ये निचोड़ के तुहानूं दिंदा कि गल कुल मिला के आया, गिरी कढ के दे दिंदा, तुहाडे तली दे रख दिंदा। ये सिफत है, ये सिफत नूं सलाम करन लई अज मैं इत्थे अज चंडीगढ़ च आया सी। किन्ने सालां तों भगवंत मान होणा दे नाल लगातार इसी तरीके दे नाल गलबात है? और भगवंत मान दे नाल स्नेह दा रिश्ता तां उदों ही जुड़ गया सी जदों 1992 सी शायद, जां 91 दा अंत सी, जदों लुधियाणे आ के रहण लग गया आदर्श कलोनी दे विच जरनैल कुमाण दे कोल।
ਉਸ ਤੋਂ ਬਾਅਦ ਵਿੱਚ ਤਾਂ ਕਾਫਲਾ ਹੀ ਬਣ ਗਿਆ ਪੂਰੇ ਦਾ ਪੂਰੇ ਨੌਜਵਾਨਾਂ ਦਾ ਜਿਹੜੇ, ਕਿਉਂਕਿ ਜਰਨੈਲ ਮੇਰੇ ਕੋਲ ਆਉਣ ਜਾਣ ਉਹ ਤਾਂ ਬੜਾ ਪੁਰਾਣਾ ਸੀ, ਸ਼ਿੰਗਾਰਾ ਸਿੰਘ ਚਾਹਲ ਅਤੇ ਜਰਨੈਲ ਦੋਵੇਂ ਮੇਰੇ ਕੋਲ 1988-99 ਦੇ ਆਉਂਦੇ ਜਾਂਦੇ ਸੀ, ਜਦੋਂ ਪਹਿਲੀ ਵਾਰ ਉਹਨੇ ਜ਼ਫਰਨਾਮਾ ਰਿਕਾਰਡ ਕੀਤਾ ਗੁਰੂ ਸਾਹਿਬ ਦਾ ਪੰਜਾਬੀ ਕਵਿਤਾ 'ਚ ਟ੍ਰਾਂਸਲੇਟ ਕਰਕੇ ਔਰ ਗਾਇਆ ਉਸ ਨੂੰ। ਫਿਰ ਲਗਾਤਾਰ ਸੰਤ ਅਮਰਦਾਸੀ ਦੇ ਗੀਤਾਂ ਦੀਆਂ ਕੈਸੇਟਸ ਕੱਢੀਆਂ ਸ਼ਿੰਗਾਰਾ ਸਿੰਘ ਚਾਹਲ ਸੰਗਰੂਰ ਵਾਲੇ ਨੇ, ਬਹੁਤ ਪਿਆਰਾ ਗਾਇਕ ਵੀ ਹੈ ਅਤੇ ਪਿਆਰਾ ਦੋਸਤ ਵੀ ਹੈ ਸਾਡਾ, ਜਰਨੈਲ ਸਿੰਘ ਨੇ ਪ੍ਰੋਡਿਊਸ ਕੀਤੀਆਂ ਘੁਮਾਣ ਸਾਹਿਬ ਨੇ। ਸੋ ਉਹਨਾਂ ਰਾਹੀਂ ਭਗਵੰਤ ਮੇਰੇ ਸੰਪਰਕ 'ਚ ਆਇਆ ਔਰ ਜਗਦੇਵ ਸਿੰਘ ਜਸਵਾਲ ਹੋਰਾਂ ਨਾਲ ਬਹੁਤ ਨਜ਼ਦੀਕੀ ਪਰਿਵਾਰਕ ਰਿਸ਼ਤੇਦਾਰੀ ਕਰਕੇ ਵੀ ਸਾਂਝ ਦਾ ਪ੍ਰਪਣ ਦਾ ਭਾਈਚਾਰੇ ਦਾ ਰਿਸ਼ਤਾ ਸੀ। ਫਿਰ ਮੋਹਨ ਸਿੰਘ ਮੇਲੇ ਰਾਹੀਂ ਅਸੀਂ ਬਹੁਤ ਇੱਕ ਦੂਸਰੇ ਨਾਲ ਰਲ ਕੇ ਕੰਮ ਕੀਤਾ। ਮੇਰੇ ਬਟਾਲੇ ਦਾ ਮਾਧ ਨੇ ਕਿਰਤੀਪਾਲ ਸਿੰਘ, ਪੰਜਾਬ ਪੁਲਿਸ 'ਚ ਐਸ ਪੀ ਨੇ ਜਗਰਾਓਂ, ਉਹਨਾਂ ਦੇ ਪਿੰਡ ਇੱਕ ਸਪੋਰਟਸ ਫੈਸਟੀਵਲ ਹੁੰਦਾ ਬਹੁਤ ਵੱਡਾ, ਉੱਥੇ ਭਗਵੰਤ ਹੋਰੀ ਕਈ ਵਾਰ ਅਸੀਂ ਉਹਨਾਂ ਨੂੰ ਲੈ ਕੇ ਗਏ, ਐਜ਼ ਆਰਟਿਸਟ ਨਹੀਂ ਇੱਕ ਧਿਰ ਬਣਾ ਕੇ ਵੀ, ਕਿਉਂਕਿ ਉਹ ਸਾਡੇ ਪਰਿਵਾਰ ਦੇ ਜੀਆਂ ਵਰਗੇ। ਉਹ ਵੀ ਦਿਨ ਮੈਨੂੰ ਯਾਦ ਆ ਜਦੋਂ ਸ਼ੌਕਤ ਅਲੀ ਸਾਹਿਬ ਨੇ ਆਉਣਾ ਸੀ ਪੰਜਾਬ, ਆਉਣਾ ਸੀ ਸ਼ਰਦ ਫੈਸਟੀਵਲ 'ਤੇ ਉੱਥੇ ਕਪੂਰਥਲੇ, ਅਤੇ ਮੈਨੂੰ ਫੋਨ ਆਉਂਦਾ ਇੱਕ ਦਿਨ ਹਰਭਜਨ ਮਾਨ ਦਾ ਕਿ ਭਾਅ ਜੀ ਸ਼ੌਕਤ ਭਾਅ ਜੀ ਆ ਰਹੇ ਅਤੇ ਤੁਸੀਂ ਲੁਧਿਆਣੇ ਇੱਕ ਐਸੀ ਮਹਿਫਲ ਅਰੇਂਜ ਕਰੋ। ਅਜੇ ਉਹ ਗੱਲ ਮੁੱਕੀ ਨਹੀਂ ਸੀ, ਭਗਵੰਤ ਹੋਰਾਂ ਦਾ ਫੋਨ ਆ ਗਿਆ। ਇਹ ਗੱਲ ਸ਼ਾਇਦ ਦੋਸਤ ਦੱਸਦੀ ਹੈ ਕਿ ਅਸੀਂ ਆਂਦਰ ਕਰਨਾ ਚਾਹੁੰਦੇ ਹਾਂ ਸ਼ੌਕਤ ਅਲੀ ਸਾਹਿਬ ਨੂੰ, ਅਤੇ ਤੁਸੀਂ ਆ ਜਾਓ ਅਰੇਂਜ ਕਰੋ ਫੰਕਸ਼ਨ। ਅਸੀਂ ਅਰੇਂਜ ਕੀਤਾ ਔਰ ਕਮਾਲ ਦੀ ਗੱਲ ਇਹ ਆ ਕਿ ਜਦੋਂ ਖਾਲਸਾ ਕਾਲਜ ਦੇ ਵਿੱਚ ਸਮਾਗਮ ਹੋ ਰਿਹਾ ਸੀ ਅਤੇ ਇਹਨਾਂ ਦੋਹਾਂ ਦੀ ਸ਼ਰਤ ਇਹ ਸੀ ਭਗਵੰਤ ਦੀ ਹਰਭਜਨ ਦੀ ਕਿ ਅਸੀਂ ਸਟੇਜ ਦੇ ਸਾਹਮਣੇ ਕੁਰਸੀਆਂ 'ਤੇ ਨਹੀਂ ਬਹਿਣਾ, ਅਸੀਂ ਥੱਲੇ ਜ਼ਮੀਨ 'ਤੇ ਬੈਠ ਕੇ ਘਾਹ 'ਤੇ ਬੈਠ ਕੇ ਸੁਣਨਾ। ਮੈਂ ਦੋਹਾਂ ਨੇ ਘਾਹ 'ਤੇ ਬੈਠ ਕੇ ਸੁਣਿਆ ਔਰ ਬਾਅਦ 'ਚ ਦੋਹਾਂ ਨੇ 1-1 ਲੱਖ ਰੁਪਈਆ ਆਪਣੀ ਜੇਬ 'ਚੋਂ ਥੈਲੀ 'ਚ ਪਾ ਕੇ ਸ਼ੌਕਤ ਅਲੀ ਸਾਹਿਬ ਦੇ ਚਰਨਾਂ 'ਚ ਰੱਖਿਆ। ਮੈਨੂੰ ਉਹ ਵੀ ਤਾਂ ਨਹੀਂ ਯਾਦ ਹੈ, ਭਗਵੰਤ ਦੀ ਸ਼ਾਦੀ ਸੀ ਅਤੇ ਲੁਧਿਆਣੇ ਹੀ ਬਾੜੇਵਾਲ ਪਿੰਡ ਆ ਸਾਡੇ ਕੋਲ ਹੀ, ਅਤੇ ਬਰਾਤ ਵੀ ਇਹਨਾਂ ਦੀ ਸੰਗਰੂਰ ਤੋਂ ਜਦੋਂ ਆਈ ਸਤੌਜ ਤੋਂ, ਅਤੇ ਉੱਥੇ ਇੱਕ ਮੈਰਿਜ ਪੈਲਸ ਹੁੰਦਾ ਸੀ ਹੈਰੀ ਕਮਰਾ ਪੈਲਸ, ਸੰਧੂ ਸਟੂਡੀਓ ਦੇ ਨਾਲ ਹੀ ਸੀ। ਉੱਥੇ ਇਹਦੀ ਬਰਾਤ ਵਿੱਚ ਲੋਕ ਪਤਾ ਕਿਹੜੇ ਸੀ? ਜਿਵੇਂ ਕਹਿੰਦੇ ਨੇ ਨਾ ਮਹਾਂਪੁਰਖਾਂ ਦੀਆਂ ਬਰਾਤਾਂ ਦੇ ਵਿੱਚ ਸੰਤ ਮਹਾਤਮਾ ਹੁੰਦੇ ਆ, ਇਹਦੀ ਅੱਧੀ ਬਰਾਤਾਂ ਕਲਾਕਾਰਾਂ ਦੀ ਸੀ। ਉਹਦੇ 'ਚ ਇਕੱਲੇ ਭਾਰਤੀ ਕਲਾਕਾਰ ਨਹੀਂ ਸੀ, ਪਾਕਿਸਤਾਨ ਤੋਂ ਸ਼ੌਕਤ ਅਲੀ ਸਾਹਿਬ ਸੀ, ਪਰਵੇਜ਼ ਮਹਿੰਦੀ ਸੀ, ਸ਼ੌਕਤ ਅਲੀ ਸਾਹਿਬ ਦਾ ਬੇਟਾ ਮੋਹਸਿਨ ਮੋਹਸਿਨ ਅਲੀ ਅੱਜ ਕੱਲ੍ਹ ਟੋਰਾਂਟੋ ਰਹਿੰਦਾ, ਉਹ ਇਹਨਾਂ ਦਾ ਦੋਸਤ ਬਾਲਾ ਸੀ। ਇਸੇ ਤਰ੍ਹਾਂ ਨਾਲ ਹੀ ਪਰਵੇਜ਼ ਦਾ ਮੁੰਡਾ ਅਲੀ ਪਰਵੇਜ਼, ਉਹ ਵੀ ਹਾਜ਼ਰ ਸੀ, ਅਤੇ ਸਤਿੰਦਰ ਸਿੰਘ ਸਿੱਧਵਾਂ ਜਿਹੜੇ ਟੋਰਾਂਟੋ ਰਹਿੰਦੇ ਜਰਨਲਿਸਟ ਨੇ, ਬੜੇ ਅੱਛੇ ਰੇਡੀਓ ਚਲਾਉਂਦੇ ਪੰਜਾਬੀ ਲਹਿਰਾਂ, ਉਹ ਮੰਚ ਸੰਚਾਲਨ ਕਰ ਰਹੇ ਸੀ ਉੱਥੇ, ਐਮਸੀ ਕਰ ਰਹੇ ਸੀ, ਅਤੇ ਉਹ ਕਰੀ ਜਾ ਰਹੇ ਵਾਰ ਵਾਰ ਇਸ ਵਿਆਹ 'ਚ ਬੜੇ ਮਾਨ ਆਇਆ, ਬੜੇ ਮਾਨ ਆਇਆ। ਅਤੇ ਸਰਦਾਰ ਬਾਬੂ ਸਿੰਘ ਮਾਨ ਅਤੇ ਮੈਂ ਅਤੇ ਸ਼ੌਕਤ ਅਲੀ ਭਾਅ ਜੀ ਪਰਵੇਜ਼ ਮਹਿੰਦੀ ਸੰਧੂ ਸਟੂਡੀਓ 'ਚ ਉੱਠ ਕੇ ਵਾਪਸ ਜਾ ਰਹੇ ਸੀ ਵਿਆਹ ਵਾਲੇ ਮੰਡਪ ਵਾਲੇ ਪਾਸੇ ਨੂੰ, ਅਤੇ ਉਹ ਕਹਿੰਦੇ ਬਾਬੂ ਸਿੰਘ ਮਾਨ ਨੂੰ ਗੱਲ ਤਾਂ ਬਹੁਤ ਆਉਂਦੀ ਹੈ ਨਾ, ਕਹਿੰਦੇ ਓਏ ਸਾਰੇ ਮਾਨ ਤਾਂ ਗਿਣ ਲਏ, ਤੂੰ ਹਰਭਜਨ ਮਾਨ ਗਿਣ ਲਿਆ, ਭਗਵੰਤ ਮਾਨ ਗਿਣ ਲਿਆ, ਉਹਦਾ ਚਲੋ ਵਿਆਹ ਆ, ਗੁਰਸੇਵਕ ਮਾਨ ਹੋ ਗਿਆ, ਬਾਬੂ ਸਿੰਘ ਮਾਨ ਹੋ ਗਿਆ, ਕਹਿੰਦਾ ਦੋ ਮੁਸਲਮਾਨ ਵੀ ਆਏ ਹੋਏ ਨੇ, ਕਹਿੰਦੇ ਬਾਕੀ ਰਹਿੰਦੇ ਜੋ ਕੁਛ ਬੇਈਮਾਨ ਵੀ ਹੋਣਗੇ ਕਹਿੰਦੇ। ਸੋ ਕਹਿਣਾ ਮਤਲਬ ਅਸੀਂ ਖੁਸ਼ੀਆਂ ਗਮੀਆਂ ਇਕੱਠੇ ਹੰਡਾਈਆਂ ਹੋਈਆਂ ਨੇ। ਹੁਣ ਕਿਵੇਂ ਦੇਖਦੇ ਹੋ ਐਜ਼ ਏ ਪੋਲੀਟੀਸ਼ੀਅਨ ਵੀ ਤੁਹਾਡੇ ਨਾਲ ਵਾਹ ਪੈਂਦਾ ਰਿਹਾ, ਐਮ ਪੀ ਸੀਗੇ ਹੁਣ ਸੀ ਐਮ ਬਣ ਗਿਆ, ਸੂਬੇ ਦੇ ਵੱਡੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਦੇ ਸਿਰ 'ਤੇ, ਕਿਵੇਂ ਦੇਖਦੇ ਹੋ ਤੁਸੀਂ ਹੁਣ ਤੱਕ ਦਾ ਕਾਰਜਕਾਲ, ਕਿਵੇਂ ਦੇਖਦੇ ਹੋ ਐਜ਼ ਏ ਸੀ ਐਮ? ਵੇਖੋ ਲੋਕਾਂ ਦੀ ਹੁਣ ਟ੍ਰੈਜਡੀ ਪਤਾ ਕਿ ਸਾਡੇ ਜੀਆਂ ਦੀ ਕੀ ਇੱਕ ਹੋ ਗਈ ਹੈ, ਇੱਕ ਆਦਤ ਹੋ ਗਈ ਹੈ ਕਿ ਨਿਆਣੇ ਜੇ ਲੂਆਂ ਲਾਵਾਂ ਫੇਰਨ ਤੋਂ ਉੱਠੇ ਹੁੰਦੇ ਤਾਂ ਅਸੀਂ ਕਹਿੰਦੇ ਜੀ ਕਾਕਾ ਕਿੱਡਾ ਕਦੋਂ ਤੱਕ ਪੈਦਾ ਹੋ ਜਾਏਗਾ, ਇੱਦਾਂ ਨਹੀਂ ਹੁੰਦਾ। ਜਿਹੜਾ ਜਮੂਦ 75 ਸਾਲ ਦਾ ਇਹ ਸੁਸਾਇਟੀ ਨੇ ਹੰਢਾਇਆ, ਖਾਸ ਕਰਕੇ ਉੱਤਰ ਕਾਟੋ ਮੈਂ ਜਿਹੜਾ ਕਿੰਨਾ ਚਿਰ ਰਹਿਣਾ ਅੜਕੇ ਵਾਲੀ ਗੱਲ ਕਿ ਅੱਗਾ ਪਿੱਛਾ ਹੈ ਨਹੀਂ, ਜਿਹਦੇ ਬਾਹਾਂ ਬੁਲਵਾ ਲਓ, ਸਾਡੇ ਕਾਂਵੜ ਗੀਤ ਗਾਉਂਦੇ ਹੁੰਦੇ ਸੀ ਨਾ ਕਿ ਗੌਰਮੈਂਟ ਨੇ ਝੱਗਾ ਦਿੱਤਾ ਪਾ ਲਓ ਲੋਕੋ ਪਾ ਲਓ, ਅੱਗਾ ਪਿੱਛਾ ਹੈ ਨਹੀਂ ਜਿਹਦੇ ਬਾਹਾਂ ਬੁਲਵਾ ਲਓ, ਚਾਚਾ ਚੋਰ ਭਤੀਜਾ ਡਾਕੂ ਵੀ ਚੰਗਾ ਤੇਰਾ ਰਾਜ ਵੇਖਿਆ, ਨਿਜ਼ਾਮ ਤੋਂ ਹੀ ਹੰਢਾਇਆ ਨਾ ਸਾਰਾ। ਸਾਡੇ ਅੱਜ ਤਨ 'ਤੇ ਜੇ ਕੱਪੜੇ ਹੈਗੇ ਤਾਂ ਅਸੀਂ ਹੈਰਾਨ ਹਾਂ ਕਿ ਇਹ ਵੀ ਕਿਤੇ ਕਿਵੇਂ ਛੱਡ ਦਿੱਤੇ ਇਹਨਾਂ ਨੇ। ਸੋ ਉਹ ਸਾਰੇ ਕੁਛ ਨੂੰ ਜਿਹੜਾ ਉਹ ਇਸ ਵਕਤ ਹੌਲੀ 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 ਨਿੱਕੀਆਂ ਨਿੱਕੀਆਂ ਮੋਰੀਆਂ ਮੁੰਦ ਰਿਹਾ, ਲੀਕੇਜ ਜਿਸੋਂ ਖਤਮ ਕਰ ਰਿਹਾ, ਉਸ ਤੋਂ ਬਾਅਦ ਹੀ ਰਿਜ਼ਲਟ ਦੇਣਾ। ਜੇ ਕਹੀਏ ਹੁਣ ਕਈ ਲੋਕ ਇਸ ਗੱਲ ਦਾ ਵੀ ਚਰਚਾ ਕਰਦੇ ਨੇ ਕਿ ਭਗਵੰਤ ਮਾਨ ਕੋਲ ਵਿਜ਼ਨ ਨਹੀਂ ਹੈ, ਅਤੇ ਜਿਨ੍ਹਾਂ ਕੋਲ ਵਿਜ਼ਨ ਸੀ ਉਹਨਾਂ ਕੋਲ ਜਿਹੜੇ 75 ਸਾਲ ਛੇਤਰ ਖਾਧੇ ਨੇ ਭੁੱਲ ਗਏ ਨੇ, ਉਹ ਕੋਈ ਹਾਰਵਰਡ 'ਚੋਂ ਪੜ੍ਹ ਕੇ ਤਾਂ ਨਹੀਂ ਸੀ ਆਏ,
ਇਹਨਾਂ ਹੀ ਪਿੰਡਾਂ ਦੇ ਮੁੰਡੇ ਸੀ, ਉਹ ਜਦੋਂ ਹੌਲੀ ਹੌਲੀ ਉਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ, ਉਹ ਸਾਡਾ ਖੂਨ ਰਤ ਚੂਸਣ ਲੱਗ ਗਏ। ਇਸੇ ਕਰਕੇ ਅੱਜ ਮੁਸੀਬਤਾਂ ਜਿਹੜੀਆਂ ਦੇ ਪਹਾੜ ਬਹੁਤ ਅੰਬਾਰ ਬਹੁਤ ਉੱਚੇ ਨੇ। ਸਭ ਪੂਰਾ ਇਹਨਾਂ ਦੇ ਮੂੰਹ ਨੂੰ ਖੂਨ ਤਾਂ ਨਹੀਂ ਲੱਗੂ? ਵੇਖੋ, ਮੇਰਾ ਵਿਸ਼ਵਾਸ ਹੈ ਕਿ ਜਿਹੜੇ ਬੰਦੇ ਨੇ ਇੱਕ ਇੱਕ ਦਿਹਾੜੀ ਦੀ ਜਿਹੜੀ ਕਮਾਈ ਲੱਖਾਂ 'ਚ ਸੀ, ਜੇ ਉਹ ਬੰਦਾ ਛੱਡ ਕੇ ਆਇਆ ਪ੍ਰਦੇਸ਼ ਦੀ ਆਪਣੀ ਜਿਹੜੀ ਅਮੈਰੀਕਾ ਵਰਗੀ ਸਿਟੀਜ਼ਨਸ਼ਿਪ ਛੱਡ ਕੇ ਆਇਆ ਜਾਂ ਜਿਹੜੇ ਉੱਥੋਂ ਦਾ PR-ਸ਼ਿਪ ਛੱਡ ਕੇ ਆਇਆ, ਉਹਨਾਂ 'ਚ ਕੁਲਦੀਪ ਸਿੰਘ ਧਾਲੀਵਾਲ ਵੀ ਇੱਕ ਹੈ, ਕੁਛ ਦੋਸਤ ਹੋਰ ਵੀ ਨੇ ਜਿਹਨਾਂ ਕੋਲ ਮਿਸ਼ਨ ਦੀ ਇੱਕ ਭਾਵਨਾ ਹੈਗੀ ਹੈ। 92 ਜੇ ਵਿਧਾਇਕਾਂ 'ਚੋਂ ਘੱਟੋ ਘੱਟ 15 ਨੂੰ ਮੈਂ ਜਾਣਦਾ, ਜਿਹਨਾਂ ਵਿੱਚ ਅਗਨ ਵੀ ਹੈ ਲਗਨ ਵੀ ਹੈ, ਦੋਵੇਂ ਚੀਜ਼ਾਂ ਨੇ। ਅਤੇ ਜੇ ਨਿਰੰਤਰਤਾ ਦੇ ਵਿੱਚ ਲੋਕ ਵੀ ਸਹਿਯੋਗ ਦੇਣਗੇ ਤਾਂ ਮੇਰਾ ਨਹੀਂ ਖਿਆਲ ਕਿ ਕੋਈ ਵੀ ਕੰਮ ਔਖਾ ਹੁੰਦਾ। ਉਸਤਾਦ ਅਮਨ ਦਾ ਸ਼ੇਰ ਹੈ ਨਾ ਕਿ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ, ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖ਼ਤ ਹਜ਼ਾਰਾਂ ਤੁਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ। ਜੇ ਰਾਂਝਾ ਤੁਰਦਾ ਹੀ ਨਹੀਂ ਤਾਂ ਸਾਰਾ ਝੰਗ ਕਿੱਥੋਂ, ਝੰਗ ਸਿਆਲਾਂ ਦੀ ਕਹੀਰ ਕਿੱਥੋਂ ਵਿਆਹ ਲਿਆਊ? ਇਹ ਤੁਰੇ ਨੇ ਅਜੇ ਤਾਂ ਸਮਝ ਲਓ ਕਿ ਜੇ ਵਿਆਹ ਤੋਂ ਮਗਰੋਂ ਸ਼ਗਨ ਵਾਲੇ ਰੁਪਈਆਂ ਵਾਲੇ ਤੇਲ ਪੈਂਦਾ ਨਾ ਪੈਟਰੋਲ ਦੀ ਟੈਂਕੀ 'ਚ, ਅਜੇ ਤਾਂ ਸ਼ਗਨ ਵਾਲਾ ਕੰਮ ਹੀ ਚੱਲ ਰਿਹਾ। ਅਤੇ ਜੇ ਇਹਦੇ ਵਿੱਚ ਨਿੰਦਿਆ ਪਾਠ ਸ਼ੁਰੂ ਕਰ ਦਾਂਗੇ ਤਾਂ ਇਹ ਉਦਾਸ ਹੋਣਗੇ। ਹਾਲ ਦੀ ਘੜੀ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕਿਸੇ ਵੀ ਗਵਰਨੈਂਸ ਦੇ ਵਿੱਚ ਇੰਪੈਕਟ ਬਣਾਉਣ ਵਾਸਤੇ ਮਿਨੀਮਮ 1-2 ਸਾਲ ਦਾ ਸਮਾਂ ਹੁੰਦਾ ਹੈ, ਨਹੀਂ ਤਾਂ ਜਿਹੜੀਆਂ ਪੁਰਾਣੀਆਂ ਆਦਤਾਂ ਪਈਆਂ ਹੁੰਦੀਆਂ ਬਿਊਰੋਕ੍ਰੇਸੀ ਨੂੰ ਵੀ, ਗਵਰਨੈਂਸ ਲੈਣ ਵਾਲਿਆਂ ਨੂੰ ਵੀ, ਜਿਹੜਾ ਸਾਡਾ ਕਾਮਨ ਮੈਨ ਆ ਉਹਦੀਆਂ ਆਦਤਾਂ ਵਿਗੜੀਆਂ ਨੇ ਬਹੁਤ। ਮਤਲਬ ਮੈਂ ਤੁਹਾਨੂੰ ਇੱਕ ਦੱਸਦਾ ਆਪਣੇ ਪਰਿਵਾਰਕ ਮਿਸਾਲਾਂ 'ਚੋਂ ਮੈਂ ਗੱਲ ਦਿੰਦਾ ਹੁੰਦਾ ਮਿਸਾਲ ਕਿ ਉਹ ਵੀ ਦਿਨ ਮੈਂ ਵੇਖੇ ਨੇ ਕਿ ਸਾਡੇ ਬੰਦਿਆਂ ਨੂੰ ਯਕੀਨ ਹੀ ਨਹੀਂ ਆਉਂਦਾ ਕਿ ਰਿਸ਼ਵਤ ਬਿਨਾਂ ਕੰਮ ਹੀ ਨਹੀਂ ਹੋ ਸਕਦਾ। ਮੈਂ ਆਪਣੇ ਇੱਕ ਬਹੁਤ ਨੇੜਲੇ ਰਿਸ਼ਤੇਦਾਰ ਨੂੰ ਕੰਮ ਕਰਵਾ ਕੇ ਵੀ ਦੇ ਦਿੱਤਾ, ਕਹਿ ਦਿੱਤਾ ਵੀ ਪੈਸਾ ਨਾ ਦਈਂ ਬਾਪੂ, ਨਾ ਦਈਂ ਨਾ ਦਈਂ, ਅਤੇ ਮਗਰੋਂ ਪਟਵਾਰੀ ਉਹ ਕਾਨੂੰਗ ਤਹਿਸੀਲਦਾਰ ਬੰਦੇ ਕੌਣ ਸੀ, ਉਹ ਜੇਬ 'ਚ ਰੁਪਈਏ ਪਾ ਕੇ ਕਹਿੰਦਾ ਸਾਡੇ ਮੁੰਡੇ ਨਾ ਪਤਾ ਲੱਗ ਜੇ, ਉਹਨੂੰ ਨਾ ਪਤਾ ਲੱਗਣ ਦੀ। ਮੈਂ ਕਹਿ ਰਿਹਾ ਬਾਪੂ ਕੰਮ ਹੋ ਗਿਆ, ਉਹ ਕਹਿੰਦਾ ਨਾ ਨਹੀਂ ਹੁੰਦਾ, ਪੈਸੇ ਬਿਨਾਂ ਪੁੱਤ ਕੋਈ ਕੰਮ ਨਹੀਂ ਹੁੰਦਾ। ਲੋਕਾਂ ਦੇ ਮਾਨਸਿਕਤਾ ਨਹੀਂ ਬਣ ਗਈ ਨਾ, ਲੋਕ ਇਸ ਹੱਦ ਤੱਕ ਜ਼ਲੀਲ ਕਰ ਦਿੱਤੇ ਗਏ ਨੇ ਕਿ ਲੋਕ ਨੂੰ ਯਕੀਨ ਹੀ ਨਹੀਂ ਆਉਂਦਾ ਕਿ ਸਾਨੂੰ ਜਿਹੜੇ ਗਵਰਨੈਂਸ ਦੇਣ ਵਾਲਾ ਬੰਦਾ ਬਿਨਾਂ ਪੈਸੇ ਤੋਂ ਕੰਮ ਕਰ ਸਕਦਾ। ਹੱਥੜ ਕਰਦੇ ਸੀ ਲੋਕ, ਸਾਨੂੰ ਆਪਣੇ ਸਕੂਲ ਸਿਸਟਮ 'ਤੇ ਯਕੀਨ ਨਹੀਂ ਰਿਹਾ, ਸਾਨੂੰ ਆਪਣੇ ਮੈਡੀਕਲ ਐਜੂਕੇਸ਼ਨ ਸਿਸਟਮ 'ਤੇ ਨਹੀਂ ਰਿਹਾ, ਸਾਨੂੰ ਆਪਣੇ ਹਾਸਪਿਟਲਾਈਜੇਸ਼ਨ 'ਤੇ ਯਕੀਨ ਨਹੀਂ ਰਿਹਾ, ਸਾਨੂੰ ਆਪਣੇ ਪੰਚਾਇਤੀ ਸਿਸਟਮ 'ਤੇ ਯਕੀਨ ਨਹੀਂ ਰਿਹਾ, ਆਪਣੇ ਆਪ 'ਤੇ ਯਕੀਨ ਨਹੀਂ ਰਿਹਾ ਕਿ ਅਸੀਂ ਵੀ ਚੇਂਜ ਕਰ ਸਕਦੇ ਹਾਂ। ਕਾਰਨ ਕੀ ਹੈ ਕਿ ਹੌਲੀ 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 ਅਸੀਂ ਇੱਥੋਂ ਤੱਕ ਲੈ ਗਏ ਸੁਸਾਇਟੀ ਨੂੰ ਕਿ ਸੁਸਾਇਟੀ ਦੇ ਵਿੱਚ ਆਤਮ ਬਲ ਮੁੱਕ ਗਿਆ, ਆਤਮ ਬਲ ਮੁੱਕ ਗਿਆ। ਅੱਜ ਜਦੋਂ ਮੈਂ ਵੇਖ ਰਿਹਾ ਸਾਂ, ਮੇਰੇ ਕੋਲ ਬੈਠਾ ਸੀ ਸਾਡਾ ਮੁੰਡਾ ਲੁਧਿਆਣੇ ਤੋਂ MLA ਆਪਣਾ ਦਲਜੀਤ ਗਰੇਵਾਲ, ਮੈਂ ਉਹਨੂੰ ਪੁੱਛ ਰਿਹਾ ਸੀ, ਮੈਂ ਕਿਹਾ ਵੀ ਇਹ ਜਿਹੜਾ ਨੌਜਵਾਨ ਕੋਲ ਦੀ ਆਪਾਂ ਨੇ ਮਿਲ ਕੇ ਗਿਆ, ਇਹ ਕੌਣ ਸੀ? ਉਹ ਕੋਈ ਕਿਸੇ ਹਲਕੇ ਦਾ MLA ਸੀ, ਕੋਈ ਕਿਸੇ ਹਲਕੇ ਦਾ MLA ਸੀ, ਸਾਰੇ ਨਵੇਂ ਲੋਕ ਸੀ। ਮੈਨੂੰ ਬੜਾ ਚੰਗਾ ਲੱਗ ਰਿਹਾ ਸੀ, ਮੈਂ ਕਿਹਾ ਯਾਰ ਅੱਗੇ ਤਾਂ ਨਾ ਉਹੀ ਘਸੇ ਪਿੱਟੇ ਚਿਹਰੇ, ਉਹੀ ਝੱਗੀਆਂ ਜਿਹਾ ਪਾ ਕੇ, ਰੰਗ 'ਚ ਪੱਗਾਂ ਦੇ ਬਦਲ ਕੇ, ਉਹੀ ਵੇਖ ਵੇਖ ਕੇ ਅੱਕ ਗਏ ਸੀ, ਇਹ ਕੋਲ ਨਵੇਂ ਚਿਹਰੇ ਤਾਂ ਹੈਗੇ ਨੇ ਯਾਰ, ਕੁਛ ਤਾਂ ਨਵਾਂ ਦੇਣਗੇ। ਇਹ ਘੱਟੋ ਘੱਟ ਉਹਨੇ ਬਦਨੀਤੇ ਤਾਂ ਨਹੀਂ ਹੋਣਗੇ, ਆਸ ਹੈ, ਅਤੇ ਲੋਕਾਂ ਨੇ ਆਸ 'ਤੇ ਯਕੀਨ ਕੀਤਾ। ਇਹ ਹੁਣ ਇਹਨਾਂ 92 MLAs ਪਲੱਸ ਮੁੱਖ ਮੰਤਰੀ ਦੀ ਡਿਊਟੀ ਬਣਦੀ ਹੈ ਕਿ ਉਸ ਵਿਸ਼ਵਾਸ ਦੇ ਉੱਤੇ ਤਰੇੜ ਨਾ ਆਵੇ। ਪਰ ਜਿਸ ਕਿਸਮ ਦੇ ਨਾਲ ਇਹ ਤੁਰੇ ਨੇ, ਉਹਦੇ ਵਿੱਚ ਇਹਨਾਂ ਦੇ ਅੰਦਰ ਵੀ ਰਹਿੰਦ ਖੂੰਹਦ ਹੈਗੀ ਹੈ ਸੱਤਾ ਮਾਨਣ ਦੀ। ਜੇ ਮਤ ਸੋਚੀਏ ਕਿ 92 ਦੇ 92 ਜਿਹੜੇ ਨੇ ਉਹ ਡਰਾਈ ਕਲੀਨ ਕਰਾ ਕੇ ਲਿਆਉਂਦੇ ਅਤੇ ਹੈਂਗਰ 'ਤੇ ਪਾਏ ਹੋਏ ਨੇ, ਜਿਵੇਂ ਵਰਤਣ ਚੌਂਕ ਕੱਢ ਲਾਂਗੇ ਪਾ ਲਾਂਗੇ, ਨਾ, ਬਹੁਤ ਸਾਰੇ ਜਿਹਨਾਂ ਦੇ ਪੇਕਿਆਂ ਦਾ ਰਿਸ਼ਤਾ ਪੁਰਾਣੀਆਂ ਪਾਰਟੀਆਂ 'ਚ ਹੈਗਾ, ਉਹਨਾਂ ਦਾ ਉਹਦਾ ਅਸਰ ਰਹਿਣਾ ਹੀ ਰਹਿਣਾ। ਤੁਸੀਂ ਇਹ ਨਹੀਂ ਮੁੱਕਰ ਸਕਦੇ ਕਿ ਇਹਨਾਂ ਦੇ ਵਿੱਚ ਸਾਰੇ ਦੁੱਧ ਧੋਤੇ ਨੇ। ਜਿੱਥੇ ਕਿਤੇ ਵੀ ਕੌੜ ਦਿਸਦੀ ਹੈ, ਭੈੜ ਦਿਸਦਾ, ਮੁੱਖ ਮੰਤਰੀ ਦੀ ਆਵਾਜ਼ ਆਖਿਆ ਉਹਨਾਂ 'ਤੇ। ਤੁਹਾਡੇ ਸਾਹਮਣੇ ਇੱਕ ਵਜ਼ੀਰ ਜਿਹੜਾ ਇਹਨਾਂ ਨੇ ਹਟਾਇਆ ਅਤੇ ਇਸ ਵੇਲੇ ਕਿਸੇ ਹੋਰ ਥਾਂ 'ਤੇ ਬੈਠਾ ਜਿੱਥੇ ਲੋਕ ਨਹੀਂ ਜਾਣਾ ਚਾਹੁੰਦੇ ਹੁੰਦੇ, ਅਤੇ ਉਹ ਕਾਰਨ ਇਹੀ ਹੈ ਨਾ, ਸਕੈਂਡਲ ਲਾਏ ਹੋਏ ਨੇ ਅਗਲਿਆਂ ਨੇ। ਅਤੇ ਜੇ ਬੰਦਾ ਆਪ ਕਾਣਾ, ਉਹ ਦੂਸਰੇ ਨੂੰ ਕਹਿ ਨਹੀਂ ਸਕਦਾ ਵੀ ਤੇਰੀ ਅੱਖ 'ਚ ਟੀਰ ਹੈ। ਸੋ ਮੈਨੂੰ ਲੱਗਦਾ ਕਿ ਇਹ ਹਿੰਮਤੀ ਕਾਫਲਾ ਪੰਜਾਬ ਨੂੰ ਜਿੱਲਣ 'ਚੋਂ ਕੱਢਣ ਦੇ ਸਮਰੱਥ ਹੋ ਸਕੇਗਾ। ਮਿਹਰਬਾਨੀ, ਬਹੁਤ ਚੰਗਾ ਲੱਗਿਆ। ਔਰ ਵਿਕਰਮ, ਸੱਚ ਜਾਣੀ ਮੈਨੂੰ ਬਹੁਤਾ ਚੰਗਾ ਇਸ ਕਰਕੇ ਵੀ ਲੱਗਿਆ ਵੀ ਇੱਕ ਤਾਂ ਯਾਦਵਿੰਦਰ ਦਾ ਚੈਨਲ ਹੈ, ਦੂਸਰਾ ਤੂੰ ਮੇਰਾ ਪਿਆਰਾ ਪੁੱਤਰ ਹੈ, ਤੀਸਰਾ ਇਹ ਵੀ ਮੈਂ ਕੁਲਦੀਪ ਸਿੰਘ ਦੀ ਹਾਜ਼ਰੀ 'ਚ ਗੱਲਾਂ ਕਰ ਰਿਹਾ। ਕੁਲਦੀਪ ਸਿੰਘ ਮੇਰਾ ਨਿੱਕਾ ਵੀਰ ਹੈ, ਜੇ ਮੇਰਾ ਧੱਕਾ ਨਾ ਕਰਦਾ ਤਾਂ ਮੈਂ ਚੰਡੀਗੜ੍ਹ ਅੱਜ ਵੀ ਨਹੀਂ ਸੀ ਆਉਣਾ। ਮਿਹਰਬਾਨੀ।
ਗੁਰਭਜਨ ਸਿੰਘ ਗਿੱਲ ਜਿਨ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਔਰ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਨਾਲ ਲੰਬੇ ਸਮੇਂ ਤੋਂ ਸਾਂਝ ਹੈ ਇਹਨਾਂ ਦੀ ਔਰ ਆਸਾਂ ਉਮੀਦਾਂ ਬਹੁਤ ਨੇ ਇਹਨਾਂ ਨੂੰ ਕਹਿੰਦੇ ਕਿ ਭਗਵੰਤ ਮਾਨ ਤੋਂ ਆਸਾਂ ਉਮੀਦਾਂ ਬਹੁਤ ਨੇ ਉਹਨਾਂ ਦੀ ਟੀਮ ਤੋਂ ਆਸਾਂ ਉਮੀਦਾਂ ਬਹੁਤ ਨੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਅਤੇ ਇਹਨਾਂ ਨੂੰ ਭਰੋਸਾ ਹੈ ਕਿ ਭਗਵੰਤ ਮਾਨ ਖਰੇ ਉਤਰਨਗੇ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ